ਤੂੰ ਏਦਾਂ ਕਰ, ਕੋਈ ਚੰਗਾ ਮਾੜਾ ਵੇਖ ਕੇ ਨਾ ਤੇਰਾ ਰਿਸ਼ਤਾ ਕਰ ਦੇ। ਨਹੀਂ ਚੰਗਾ ਮਾੜਾ ਕਿਉਂ, ਕੱਲਾ ਚੰਗਾ ਵੇਖ ਕੇ ਰਿਸ਼ਤਾ ਕਰੂੰਗੀ। ਵੇਖ ਲਾ ਰੱਬ ਦੇ ਰੰਗ ਡਿੱਗੀ ਨਾ ਹੁਣ। ਮੰਮੀ ਤੈਨੂੰ ਚੁੱਪ ਕਰਾ ਲਾ, ਇਹਨੂੰ ਹੋਰ ਕੋਈ ਕੁੱਟੇ ਨਾ ਕੁੱਟੇ ਤੇ ਮੈਂ ਇਹਨੂੰ ਕੁੱਟ ਦੇਣਾ ਹੀ ਆ। ਹਾਏ ਹਾਏ ਮੁੰਡਿਆ ਕੀ ਕਰੀ ਜਾਂਦਾ। ਓਏ ਤੇਜਿਆ ਕੀ ਹੋ ਗਿਆ ਤੈਨੂੰ, ਕਿਉਂ ਤੂੰ ਸ਼ਰਮ ਲਾਈ ਆ, ਕਿਉਂ ਬੁੱਢੇ ਬਾਰੇ ਮੈਨੂੰ ਲਾਂਭੇ ਦਿਵਾਉਣਾ ਫਿਰਦਾ ਆ। ਮੈਂ ਤਾਂ ਮੰਮੀ ਆਪਣੇ ਲਈ ਚੰਗਾ ਹੀ ਕੰਮ ਕੀਤਾ ਸੀ, ਮੈਂ ਕੋਈ ਮਾੜਾ ਕੰਮ ਥੋੜੀ ਕਰਦਾ। ਮੰਮੀ ਤੂੰ ਵੀ ਬੜੇ ਚਾਅ ਨਾਲ ਭੇਜਿਆ ਸੀ ਇਹਨੂੰ ਵੀ ਜਾ ਕੇ ਮੇਕਅਪ ਦੀ ਦੁਕਾਨ ਤੇ ਕੰਮ ਸਿੱਖ ਲਾ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਨੇ ਕੋਈ ਨਾ ਕੋਈ ਚੰਨ ਚਾੜਨਾ ਹੀ ਚਾੜਨਾ। ਨੀ ਚੁੱਪ ਕਰ ਤੂੰ, ਮੈਂ ਗੱਲ ਕਰਨ ਡਈ ਆ ਨਾ ਉਹਦੇ ਨਾਲ, ਤੂੰ ਵਿੱਚ ਆ ਗਈ ਆ ਬੋਲਣ। ਉਹ ਕਹਿਣ ਤੇ ਡਿਆ ਆ ਵੀ ਮੰਮੀ ਮੈਂ ਵਧੀਆ ਹੀ ਕੰਮ ਕੀਤਾ ਸੀ। ਆਹੋ ਵਧੀਆ ਨੂੰ ਬੜਾ ਕਿਤੇ ਪਾਰਕ 'ਚ ਬੂਟੇ ਲਾ ਕੇ ਆਇਆ ਸੀ। ਜਾ ਨੀ ਚੁੱਪ ਕਰ, ਤੂੰ ਤਾਂ 24 ਘੰਟੇ ਮੇਰੇ ਮੁੰਡੇ ਦੇ ਮਗਰ ਹੀ ਪਈ ਰਹਿੰਦੀ ਆ। ਨਹੀਂ ਮਗਰ ਪੈਣ ਵਾਲੀ ਕਿਹੜੀ ਗੱਲ ਆ, ਕੱਲ ਵੀ ਮੰਮੀ ਇਹਨੇ ਇੱਦਾਂ ਹੀ ਕੀਤਾ ਸੀ, ਆਪ ਤੇਰੇ ਛਿੱਤਰ ਖਾਣੇ ਖਾਣੇ ਮੇਰੇ ਵੀ ਨਾਲ ਪਵਾਊਗਾ। ਨੀ ਤੂੰ ਤਾਂ ਚਾਹੁੰਦੀ ਆ ਵੀ ਮੇਰੇ ਪੁੱਤ ਦੇ ਛਿੱਤਰ ਪੈਣ। ਨਹੀਂ ਮੈਂ ਕਿਉਂ ਚਾਹੁੰਦਾ ਵਾਂ, ਮੇਰੀ ਵੀ ਤਾਂ ਇਹ 'ਚ ਕਿੰਨੀ ਬੇਇੱਜ਼ਤੀ ਆ, ਲੋਕੀ ਬਾਹਰ ਕੀ ਕਹਿਣਗੇ ਵੀ ਇਹਦੇ ਦਿਓਰ ਦੇ ਛਿੱਤਰ ਪੈਣ ਡਏ ਨੇ। ਬਸ ਕਰ ਨੀ ਬਸ ਕਰ, ਤੂੰ ਹੀ ਪਤਾ ਨਹੀਂ ਮੇਰੇ ਮੁੰਡੇ ਨੂੰ ਕੀ ਕਰਵਾ ਲਿਆਂਦਾ, ਕਿਹੜੇ ਸਿਆਣਿਆਂ ਕੋਲ ਜਾਣੀ ਆ। ਮੈਂ ਮੰਮੀ ਕਿਹੜੇ ਸਿਆਣਿਆਂ ਕੋਲ ਜਾਣਾ ਵਾ, ਨਾ ਮੈਂ ਜਾਵਾਂ ਸਿਆਣਿਆਂ ਕੋਲ ਤੇ ਨਾ ਮੈਂ ਜਾਵਾਂ ਕਮਲਿਆਂ ਕੋਲ, ਸਾਡੇ ਪਿੰਡ ਤੇ ਇਹੋ ਜਿਹਾ ਰਿਵਾਜ਼ ਹੀ ਨਹੀਂ ਹੈਗਾ। ਜਾ ਨੀ ਜਾ, ਜਾਣਦੀ ਮੈਂ ਤੈਨੂੰ ਚੰਗੀ ਤਰ੍ਹਾਂ, ਆਪਣਾ ਕੰਮ ਕਰ ਜਾ ਕੇ, ਮੈਂ ਸਮਝਾਉਣ ਡਈ ਆ ਨਾ ਮੁੰਡੇ ਨੂੰ। ਸਮਝਾ ਲਾ ਸਮਝਾ ਲਾ ਮੰਮੀ ਫਿਰ ਚੰਗੀ ਤਰ੍ਹਾਂ, ਇਹ ਨਾ ਹੋਵੇ ਕਿਸੇ ਕੁੜੀ ਦਾ ਪਿਓ ਜਾਂ ਭਰਾ ਆ ਕੇ ਤੇ ਇਹਨੂੰ ਸਮਝਾ ਜੇ, ਫਿਰ ਲੱਗ ਜੂ ਤੁਹਾਨੂੰ ਦੋਨਾਂ ਮਾਂ ਪੁੱਤਾਂ ਨੂੰ ਪਤਾ। ਨਹੀਂ ਜਾਣੀ ਕਿ ਤੈਨੂੰ ਫੜਾ ਮੈਂ ਛਿੱਤਰ ਜਾਣੀ ਆ ਜਾਣੀ ਨਾ, ਬੋਲੀ ਜਾਂਦੀ ਆ। ਵੇਖ ਲਾ ਪੁੱਤ ਤੇਰੀ ਭਾਬੀ ਕਿੰਨੀਆਂ ਗੱਲਾਂ ਕਰਕੇ ਗਈ ਆ, ਜੇ ਤੂੰ ਚੰਗਾ ਹੋਵੇ ਤੇ ਕਿਸੇ ਦੀ ਕੀ ਜ਼ਰੂਰਤ ਤੇ ਕੋਈ ਖੰਘ ਵੀ ਜਾਵੇ ਮੇਰੇ ਸਾਹਮਣੇ। ਨਹੀਂ ਮੈਂ ਕਿੱਡੀ ਸੀਰੀਅਸ ਗੱਲ ਕਰਨ ਡਈ ਆ ਤੇ ਤੈਨੂੰ ਮਸਕਰੀਆਂ ਸੁੱਜਣ ਡੀਆਂ ਆ। ਮੰਮੀ ਉਦਾਂ ਹੀ ਮਾੜੀ ਜੀ ਮੈਨੂੰ ਖੰਘ ਲੱਗੀ, ਖੰਘ ਲਿਆ ਫਿਰ ਕੀ ਹੋ ਗਿਆ। ਪੁੱਤ ਕਿਉਂ ਤੂੰ ਕਿਸੇ ਦੀ ਧੀ ਭੈਣ ਵੱਲ ਵੇਹਨਾ ਆ, ਕਿਸੇ ਦੀ ਧੀ ਭੈਣ ਵੱਲ ਵੇਖਣਾ ਨਾ ਚੰਗੀ ਗੱਲ ਨਹੀਂ ਹੁੰਦੀ, ਸਾਰਿਆਂ ਦੇ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਆ, ਇੱਦਾਂ ਦੇ ਕੰਮ ਨਹੀਂ ਕਰੀਦੇ ਹੋਈਦੇ। ਮੰਮੀ ਮੈਂ ਕਿਹੜਾ ਵੇਹਨਾ ਵਾ ਕੁੜੀਆਂ ਵੱਲ, ਮੈਂ ਤੇਰਾ ਸ਼ਾਹੂ ਪੁੱਤ ਆ, ਉਹ ਤੇ ਬਸ ਇੱਕ ਕੁੜੀ ਮੈਨੂੰ ਚੰਗੀ ਲੱਗੀ ਸੀ, ਇਹ ਮੰਮੀ ਉਹ ਕੁੜੀ ਸੀ ਜਿਹੜੀ ਮੇਰੇ ਸੁਪਨੇ 'ਚ ਆਉਂਦੀ ਹੁੰਦੀ ਸੀ ਨਾ, ਜਿਹੜੀ ਮੇਰੇ ਨਾਲ ਪੱਠੇ ਪਵਾਉਂਦੀ ਹੁੰਦੀ ਸੀ, ਤਾਂ ਕਰਕੇ ਫਿਰ ਦੇਖਣ ਲੱਗ ਪੈਂਦਾ ਮੈਂ। ਪੁੱਤ ਤੂੰ ਮੈਨੂੰ ਇਹ ਦੱਸ ਵੀ ਉਦਣ ਜਦੋਂ ਤੂੰ ਗੋਲ ਗੱਫੇ ਖਾਣ ਡਿਆ ਸੀ ਇਹ ਉਹੋ ਹੀ ਕੁੜੀ ਸੀ ਜਿਹੜੀ ਤੇਰੇ ਸੁਪਨੇ 'ਚ ਆਉਂਦੀ ਆ? ਹਾਂ ਮੰਮੀ। ਚੱਲ ਠੀਕ ਆ, ਮੰਨ ਲਿਆ ਉਹੀ ਕੁੜੀ ਸੀ, ਤੇ ਪਰ ਜੇ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਨਾ ਤੇ ਤੈਨੂੰ ਦਿਨੇ ਉਹਨਾਂ ਨੇ ਸੁਪਨੇ ਵਿਖਾ ਦੇਣੇ ਆ ਚੰਗੀ ਤਰ੍ਹਾਂ, ਨਾਲੇ ਜਿਹੜੀ ਸਾਡੀ ਪਿੰਡ 'ਚ ਇੱਜ਼ਤ ਬਣੀ ਆ ਨਾ ਤੂੰ ਉਹ ਵੀ ਰੋਲ ਦੇਣੀ ਆ ਸਾਡੀ ਇੱਜ਼ਤ। ਮੰਮੀ ਤੂੰ ਕੋਈ ਟੈਨਸ਼ਨ ਨਾ ਲੈ, ਚੰਗਾ ਮੈਂ ਡਰਦਾ ਕਿਸੇ ਕੋ, ਆ ਜਾ ਫਿਰ ਜਿਹੜਾ ਆਉਣਾ ਸਾਹਮਣੇ ਵੇਖ ਲੂੰਗਾ ਇਕੱਲੇ ਇਕੱਲੇ ਨੂੰ। ਵੇ ਜਿੱਦਾਂ ਦੀਆਂ ਤੂੰ ਗੱਲਾਂ ਕਰਦਾ ਨਾ ਮੈਂ ਤੇ ਆਨੀ ਫਿਰ ਤੈਨੂੰ ਛਿੱਤਰ ਪੈ ਹੀ ਜਾਣ ਤੇ ਤੈਨੂੰ ਲੱਗ ਜੇ ਪਤਾ। ਨਹੀਂ ਮੈਂ ਸਮਝਾਉਣ ਦੀਆਂ ਗੱਲਾਂ ਕਰਨ ਡਈ ਆ ਤੇ ਇਹ ਆਕੜ ਆਕੜ ਦੱਸਦਾ ਈ ਓ, ਖਾ ਛਿੱਤਰ ਫਿਰ ਲੋਕਾਂ ਕੋ।
ਮੰਮੀ ਸਮਝਾਈ ਆ ਆਪਣੇ ਮੁੰਡੇ ਨੂੰ? ਨਹੀਂ ਸਮਝਾਈ ਆ, ਪਰ ਮੈਨੂੰ ਤਾਂ ਲੱਗਦਾ ਇਹਨੇ ਛਿੱਤਰ ਖਾ ਕੇ ਨਾ ਫਿਰ ਹੀ ਸੁਧਰਨਾ ਆ, ਫਿਰ ਨਾ ਵੇਖੂ ਕਿਸੇ ਕੁੜੀ ਵੱਲ। ਅਤੇ ਮੰਮੀ ਬੇਇੱਜ਼ਤੀ ਵੀ ਬੜੀ ਹੋਣੀ ਆ। ਨਹੀਂ ਬੇਇੱਜ਼ਤੀ ਨੂੰ ਹੁਣ ਕੀ ਆ, ਪਰ ਇੱਕ ਗੱਲ ਤਾਂ ਮੈਂ ਸੋਚੀ ਨਹੀਂ। ਕੀ? ਤੇਜਾ ਸਹੀ ਕਹਿੰਦਾ ਆ। ਕੀ ਮੰਮੀ? ਵੀ ਉੱਦਾਂ ਤਾਂ ਇਹਨੇ ਪਿੰਡ 'ਚ ਕਿਸੇ ਕੁੜੀ ਵੱਲ ਵੇਖਿਆ ਨਹੀਂ ਕਦੀ, ਉਹੀ ਕੁੜੀ ਇਹਦੇ ਸੁਪਨੇ 'ਚ ਆਉਂਦੀ ਆ। ਆਹੋ ਮੰਮੀ, ਇਹ ਗੱਲ ਤਾਂ ਮੈਂ ਵੀ ਨਹੀਂ ਸੋਚੀ। ਇਹਦਾ ਨਾ ਕੋਈ ਪਿਛਲੇ ਜਨਮ ਦਾ ਰਿਸ਼ਤਾ ਹੋਣਾ ਹੈ। ਹਾਂ, ਇਹ ਮੈਂ ਫਿਲਮਾਂ 'ਚ ਵੇਖਿਆ ਆ, ਇੱਦਾਂ ਹੁੰਦਾ ਆ। ਮੰਮੀ, ਜਵਾਕਾਂ ਨੂੰ ਤਾਂ ਮੈਂ ਬੜਾ ਵੇਖਿਆ ਵੀ ਅੱਜ ਕੱਲ੍ਹ ਟੀ ਵੀ ਦਾ ਹੀ ਨੇਰ ਆਇਆ, ਪਰ ਬੁੱਢਿਆਂ ਨੂੰ ਵੀ ਅੱਗ ਲੱਗੀ ਆ। ਪਰ ਇਹਦਾ ਨਾ ਧਿਆਨ ਰੱਖੀ। ਨਹੀਂ ਮੈਂ ਕਿਉਂ ਰੱਖਾਂ, ਮੈਨੂੰ ਕੀ ਲੋੜ ਇਹ ਉਮਰ 'ਚ ਇਹਦੇ ਪਿੱਛੇ ਗਾਲਾਂ ਖਾਣ ਦੀ? ਨਹੀਂ, ਤੇਰਾ ਦੇਰ ਨਹੀਂ ਆ। ਦਿਓਰ ਤਾਂ ਭਾਵੇਂ ਮੇਰਾ ਹੈਗਾ ਮੰਮੀ, ਪਰ ਮੈਂ ਇਹਦੇ ਪਿੱਛੇ ਫਿਰ ਲੜਾਈਆਂ ਮੁੱਲ ਲੈਂਦੀ ਫਿਰਾਂ। ਲੜਾਈਆਂ ਨੂੰ ਕੀ ਆ, ਤੂੰ ਜਿੱਥੇ ਜਾਂਦਾ ਇਹਦੇ ਨਾਲ ਜਾਇਆ ਕਰ। ਮੈਨੂੰ ਨਹੀਂ ਲੋੜ ਇਹਦੇ ਨਾਲ ਜਾਣ ਦੀ, ਮੇਰਾ ਤਾਂ ਸਿਰ ਦਾ ਸਾਈਂ ਵੀ ਬਾਹਰ ਬੈਠਾ ਹੀ। ਤੂੰ ਇੱਦਾਂ ਕਰ, ਕੋਈ ਚੰਗਾ ਮਾੜਾ ਵੇਖ ਕੇ ਨਾ ਤੇਦਾ ਰਿਸ਼ਤਾ ਕਰ ਦੇ। ਨਹੀਂ, ਚੰਗਾ ਮਾੜਾ ਕਿਉਂ, ਇਕੱਲਾ ਚੰਗਾ ਵੇਖ ਕੇ ਰਿਸ਼ਤਾ ਕਰੂੰਗੀ। ਤੂੰ ਨਾ ਬਹੁਤੀ ਸਰਪੰਚਣੀ ਨਾ ਬਣਿਆ ਕਰ। ਮੰਮੀ, ਤੇਰੇ ਨਾਲ ਨਾ ਪਿਆਰ ਨਾਲ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ। ਜਾ ਨਹੀਂ ਜਾ, ਆਪਣਾ ਕੰਮ ਕਰ ਜਾ ਕੇ। ਗੱਲ ਤਾਂ ਸਹੀ ਆ, ਉਮਰ ਤਾਂ ਵਿਆਹ ਦੀ ਹੋਈ ਹੈ, ਹੁਣ ਕਰਦੀ ਹਾਂ ਵਿਚੋਲੇ ਨਾਲ ਗੱਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਨਹੀਂ ਨਹੀਂ, ਯਾਦ ਤਾਂ ਕਰੀਦਾ ਆ। ਆਹੋ ਸਿੰਮੀ ਜਦੋਂ ਲੜਦੀ ਉਦੋਂ ਤੁਹਾਨੂੰ ਯਾਦ ਕਰੀਦਾ ਵਿਚੋਲੇ ਨੂੰ। ਹਾਂ, ਆਹੋ ਨੂੰਹ ਤਾਂ ਜਿਹੜੀ ਆ ਜੇ ਰੱਬ ਦਾ ਰੂਪ ਹੀ ਹੁੰਦਾ ਘਰ, ਜਿੱਦਾਂ ਰੱਬ ਨਹੀਂ ਸੁਣਦਾ ਉੱਦਾਂ ਮੇਰੀ ਨੂੰਹ ਨਹੀਂ ਸੁਣਦੀ ਮੇਰੀ। ਹੁਣ ਤੁਸੀਂ ਇੱਦਾਂ ਕਰੋ, ਮੇਰੇ ਤੇਜੇ ਦਾ ਰਿਸ਼ਤਾ ਵੇਖ ਕੇ ਨਾ ਕੋਈ ਚੰਗਾ ਜਿਹਾ ਅਤੇ ਦੱਸ ਪਾਓ ਮੈਨੂੰ। ਹਾਂਜੀ ਹਾਂਜੀ, ਹਾਂ ਦੱਸਿਓ ਦੱਸਿਓ ਫਿਰ। ਚਲੋ ਠੀਕ ਆ। ਮਰ ਗਈ? ਨਹੀਂ, ਕੀ ਹੋ ਗਿਆ? ਪਤਾ ਨਹੀਂ ਕੀ ਹੋ ਗਈ ਇਹਨੂੰ ਹੁਣ। ਹਾਏ ਮਰ ਗਈ। ਨਹੀਂ, ਕੀ ਹੋ ਗਿਆ ਤੈਨੂੰ ਹੁਣ? ਤੂੰ ਨਾ ਕੋਈ ਨਵਾਂ ਹੀ ਸਿਆਪਾ ਪਾਇਆ ਕਰ ਰੋਜ਼ ਦੀ ਰੋਜ਼। ਉੱਠ। ਮੰਮੀ ਉੱਠਿਆ ਨਹੀਂ ਜਾਣ ਡਿਆ। ਹਾਏ, ਨਹੀਂ ਉੱਠ ਜਾ, ਲੋਕਾਂ ਨੇ ਵੇਖ ਲਿਆ ਤਾਂ ਉਹਨਾਂ ਨੇ ਕਹਿਣਾ ਆਪਣੀ ਨੂੰਹ ਖਣੀ ਕੁੱਟ ਦਿੱਤੀ ਇਹਨਾਂ ਨੇ। ਉੱਠਿਆ ਨਹੀਂ ਜਾਣ ਡਿਆ ਮੰਮੀ, ਉੱਠਾਂ ਕਿੱਦਾਂ? ਉੱਠ ਉੱਠ ਕਹੀ ਜਾਣ ਡਏ ਹੋ। ਭਾਬੀ ਡਿੱਗੀ ਨਾ, ਮੈਨੂੰ ਸਵੇਰ ਦੀ ਕਹੀ ਜਾਣੀ ਛਿੱਤਰ ਖਾਣੇ ਛਿੱਤਰ ਖਾਣੇ, ਵੇਖ ਲਾ ਰੱਬ ਦੇ ਰੰਗ, ਡਿੱਗੀ ਨਾ ਹੁਣ। ਮੰਮੀ ਤੈਨੂੰ ਚੁੱਪ ਕਰਾ ਲਾ, ਇਹਨੂੰ ਹੋਰ ਕੋਈ ਕੁੱਟੇ ਨਾ ਕੁੱਟੇ ਤੇ ਮੈਂ ਇਹਨੂੰ ਕੁੱਟ ਦੇਣਾ ਹੀ ਹਾਂ। ਨਹੀਂ, ਪਹਿਲੇ ਕੁੱਟਣ ਜੋਗੀ ਤੇ ਹੋ ਜਾ, ਉੱਠ ਜਾ। ਵੇਖਿਆ, ਉੱਠਿਆ ਤੇ ਜਾਣ ਡਿਆ ਸੀ, ਉਦਾਂ ਹੀ ਡਰਾਮੇ ਕਰਦੀ ਫਿਰਦੀ ਆ। ਡਰਾਮੇ ਨਹੀਂ ਕਰਨ ਦੀ, ਉੱਠ ਮੈਂ ਤਾਂ ਗਈ ਹਾਂ ਵੀ ਤੁਹਾਡੇ ਕੋਲ ਕਿਹੜਾ ਚੁੱਕਿਆ ਜਾਣਾ ਸੀ। ਸਾਰੇ ਇੱਥੇ ਡਰਾਮੇਬਾਜ਼ ਇਕੱਠੇ ਹੋਏ ਆ। ਹੁਣ ਨਾ ਮੈਂ ਰੈਸਟ ਹੀ ਕਰਨੀ ਆ, ਮੈਂ ਕੋਈ ਕੰਮ ਕੁੰਮ ਨਹੀਂ ਕਰਨਾ। ਨਹੀਂ, ਕਰ ਲਾ ਰੈਸਟ, ਨਾਲੇ ਤੇਰੀ ਜ਼ਬਾਨ ਨੂੰ ਰੈਸਟ ਮਿਲੇਗੀ। ਸੱਟ ਤੇਰੇ ਪੈਰ ਨੂੰ ਲੱਗੀ ਆ, ਹੱਥਾਂ ਨੂੰ ਨਹੀਂ ਲੱਗੀ, ਹੱਥਾਂ ਨੂੰ ਰੋਟੀ ਪਕਾਉਣੀ ਆ, ਤਾਂ ਨਾਲੇ ਕਿਤੇ ਨਾ ਮੇਰੇ ਵੀ ਸਿਰ ਨੂੰ ਆਰਾਮ ਮਿਲ ਜੂਗਾ। ਹੁਣ ਆਏਗਾ ਨਜ਼ਾਰਾ, ਹੁਣ ਮੈਂ ਕਰਾਂਗੀ ਆਰਾਮ। ਇਹਨਾਂ ਨੇ ਤਾਂ ਮੈਨੂੰ ਮਾਸਾ ਨਹੀਂ ਕਰਨ ਦੇਣਾ, ਇਹਨਾਂ ਨੇ ਤਾਂ ਕੰਮ ਕਰਾ ਕਰਾ ਕੇ ਮੈਨੂੰ ਮਾਰ ਦੇਣਾ ਸੀ। ਦੁਖੀ ਕੀਤਾ ਪਿਆ ਇਹਨਾਂ ਨੇ ਮੈਨੂੰ।
ਕੋਈ ਨਹੀਂ, ਤੇਜੇ ਨੂੰ ਕਹਿੰਦੀ ਹਾਂ ਮੈਨੂੰ ਕੁਰਕਰੇ ਅਤੇ ਕੋਕ ਲਿਆ ਦੇ। ਤੇਜੇ ਵੇ ਤੇਜੇ। ਹਾਂ ਦੱਸ। ਵੇ ਤੇਜੇ ਇੱਦਾਂ ਨਹੀਂ ਬੋਲੀਦਾ, ਮੈਂ ਤੇਰੀ ਵੱਡੀ ਭਾਬੀ ਹਾਂ, ਮੈਂ ਤੇਰੇ ਨਾਲ ਉੱਦਾਂ ਹੀ ਉੱਤੋਂ ਉੱਤੋਂ ਇੱਦਾਂ ਕਰਦੀ ਹਾਂ, ਉੱਦਾਂ ਪਤਾ ਮੇਰਾ ਦਿਲੋਂ ਕਿੰਨਾ ਪਿਆਰ ਆ ਤੇਰੇ ਨਾਲ, ਤੂੰ ਹੀ ਤਾਂ ਮੇਰਾ ਇਕੱਲਾ ਇਕੱਲਾ ਲਾਡਲਾ ਜਿਹਾ ਦਿਓਰ ਆ। ਉਹ ਭਾਬੀ ਮੱਖਣ ਨਾਲ ਬਹੁਤਾ ਲਾ, ਮੈਨੂੰ ਦੱਸ ਕੰਮ ਕੀ ਆ। ਜਾਂ ਇੱਦਾਂ ਕਰ, ਮੈਨੂੰ ਕੋਕ ਅਤੇ ਕੁਰਕਰੇ ਲਿਆ ਕੇ ਦੇ। ਕੁਰਕਰੇ? ਭਾਬੀ ਫਿਰ ਇੱਕ ਪੈਕਟ ਮੈਂ ਵੀ ਖਾਣਾ ਹੀ ਹਾਂ। ਜਾ ਜਾ ਕੋਈ ਨਹੀਂ, ਜਾ ਲੈ ਕੇ ਖਾ ਲਈ, ਤੂੰ ਠੰਡਾ ਵੀ ਪੀਣਾ ਹੀ ਹੈ। ਚੰਗਾ, ਉਹ ਦੋਵੇਂ ਚੀਜ਼ਾਂ ਖਾ ਲਈ, ਜਾ ਉੱਥੇ ਬਾਹਰ ਪੈਸੇ ਪਏ ਫਰਿੱਜ 'ਤੇ ਲੈ ਲਾ, ਉੱਥੋਂ ਸਟਿੰਗ ਪੀਣੀ ਆ। ਚੱਲ ਜਾ। ਮੈਂ ਉੱਦਾਂ ਜਾਣਾ ਨਹੀਂ, ਹੈਗਾ ਤਾਂ ਮੈਂ ਤੇਰੇ ਨਾਲ ਗੁੱਸੇ ਸੀ, ਫਿਰ ਮੈਂ ਕਿਹਾ ਚੱਲ ਵੀਰ ਨੇ ਲਾਮਾ ਦੇਣਾ ਫਿਰ ਮੈਨੂੰ, ਕਿ ਮੇਰੀ ਘਰ ਵਾਲੀ ਨੂੰ ਕਿਤੇ ਕੁਰਕਰੇ ਵੀ ਨਹੀਂ ਖਵਾ ਸਕਦਾ। ਹੈ ਤਾਂ ਚੰਗਾ ਹੀ ਵਿਚਾਰਾ, ਜਿੱਦਾਂ ਦਾ ਮਰਜ਼ੀ ਹੈ, ਚੱਲ ਮੈਨੂੰ ਚੀਜ਼ਾਂ ਚੂਜ਼ਾਂ ਤਾਂ ਲਿਆ ਦਿੰਦਾ ਨਾ ਦੁਕਾਨ ਤੋਂ, ਜੇ ਕਿਤੇ ਮੈਂ ਚਲ ਗਈ ਪਿੰਡ ਦੇ ਲੋਕ ਕੀ ਕਹਿਣਗੇ, ਇਹ ਕੁਰਕਰੇ ਖਾਂਦੀ ਹੈ ਅਜੇ ਵੀ। ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਕੁਛ ਨਹੀਂ, ਬਸ ਵਿਹਲੀ ਬੈਠੀ। ਹੋਰ ਤੁਸੀਂ ਸੁਣਾਓ? ਉਹ ਨਹੀਂ ਨਹੀਂ ਮੰਮੀ, ਰਹਿਣ ਦਿਓ, ਤੁਸੀਂ ਕੀ ਕਰਨਾ ਕਰਾ ਕੇ? ਮੰਮੀ ਉਹਨੂੰ ਕੁੜੀ ਕਿੰਨੇ ਦੇਣੀ ਆ, ਵਿਹਲੜ ਹੈਗਾ ਹੀ ਨਾ, ਕੋਈ ਕੰਮ ਕਾਰ ਕਰਨ ਦਾ ਉਹਨੂੰ ਪਤਾ ਚੱਜ ਨਾ, ਸਾਰਾ ਦਿਨ ਲਾ ਕੇ ਐਨ ਕਰ ਤੁਰਿਆ ਫਿਰਿਆ ਰਹਿੰਦਾ ਹੀ। ਆਹੋ ਚੱਲ ਇੰਨਾ ਕਿਤੇ ਕਰ ਹੀ ਲੈਂਦਾ ਮਾੜਾ ਮੋਟਾ, ਪਰ ਰਹਿਣ ਦਿਓ ਕਰਾਉਣ ਨੂੰ, ਐਵੇਂ ਕੱਲ੍ਹ ਨੂੰ ਕੋਈ ਗੱਲਬਾਤ ਹੋ ਗਈ ਨਾ ਤਾਂ ਸਾਰਾ ਇਲਜ਼ਾਮ ਸਾਡੇ ਸਿਰ 'ਤੇ ਹੀ ਆਉਣਾ ਵਾ, ਐਵੇਂ ਅਗਲੇ ਵੀ ਕਹਿਣਗੇ ਵੀ ਕਿੱਦਾਂ ਦਾ ਮੁੰਡਾ ਲੱਭ ਤੁਹਾਨੂੰ। ਚੱਲ ਮੰਮੀ ਵੇਖ ਲਾ ਫਿਰ, ਜੇ ਤੈਨੂੰ ਸਹੀ ਲੱਗਦਾ ਕੋਈ ਤਾਂ ਚੰਗੀ ਹੋਵੇ ਕੁੜੀ ਕੰਮ ਕਾਰ ਕਰਨ ਵਾਲੀ। ਹਾਂ ਹਾਂ ਕੋਈ ਨਹੀਂ, ਭੇਜ ਦਿੰਦੀ ਮੈਂ। ਓਕੇ ਓਕੇ। ਮੰਮੀ ਕੀ ਕਰਨ ਡੇ ਹੋ? ਕੁਛ ਨਹੀਂ, ਮੈਂ ਕਿਹਾ ਧਣੀ ਆ ਜਾ ਵੱਡਾ। ਅੱਛਾ ਅੱਛਾ ਠੀਕ ਆ, ਅਤੇ ਮੈਂ ਕਹਿਣਾ ਸੀ ਮੰਮੀ ਦਾ ਫੋਨ ਆਇਆ ਸੀ। ਅੱਛਾ, ਅਤੇ ਉਹ ਇੱਦਾਂ ਹੀ ਛੋਟੇ ਦੇ ਰਿਸ਼ਤੇ ਬਾਰੇ ਗੱਲ ਕਰਨ ਡੇ ਸੀ। ਉਹ ਕਹਿਣ ਡੇ ਵੀ ਕੁੜੀ ਹੈ ਇੱਕ ਚੰਗੀ ਨਿਗਾਹ 'ਚ, ਅਤੇ ਛੋਟੇ ਦਾ ਭਲਾ ਪੁੱਛ ਕੇ ਵੇਖ ਲਈਏ ਰਿਸ਼ਤਾ। ਅੱਛਾ, ਤੇਜੇ ਦੇ ਰਿਸ਼ਤੇ ਬਾਰੇ ਕਹਿਣ ਡੇ? ਹਾਂ, ਅਤੇ ਫਿਰ ਪੁੱਛ ਲਾ ਉਹਨਾਂ ਨੂੰ, ਕਹਿ ਕਰਵਾ ਦੇ ਕੋਈ ਚੰਗੀ ਕੁੜੀ ਹੈਗੀ ਆ ਤਾਂ। ਆਹੋ ਮੰਮੀ ਕਹਿਣ ਡੇ ਕੁੜੀ ਚੰਗੀ ਕੰਮ ਕਾਰ ਕਰਨ ਵਾਲੀ ਹੈ, ਅਤੇ ਉਹਨਾਂ ਨੂੰ ਕਹਿ ਫਿਰ ਟਾਈਮ ਨਾ ਲਾਓ, ਕਰਵਾਓ ਤੁਸੀਂ। ਕਿਹਾ ਮੈਂ ਮੰਮੀ ਕਹਿੰਦੇ ਨਾ ਪੁੱਛ ਕੇ ਨਾ ਫਿਰ ਤੁਹਾਨੂੰ ਦੱਸਦੀ ਹਾਂ, ਕਰਦੀ ਹਾਂ ਫੋਨ। ਆਹੋ ਉਹਨਾਂ ਨਾਲ ਨਾ ਗੱਲ ਕਰ। ਆਹੋ ਅਤੇ ਚੱਲ ਰਿਸ਼ਤਾ ਤਾਂ ਕਰਨਾ ਹੀ ਆ ਉਹਦਾ। ਆਹੋ ਇਹ ਵੀ ਕਿਤੇ ਛੋਟਾ ਵੀ ਕਿਤੇ ਆਰੇ ਲੱਗ ਜੂਗਾ। ਹੋਰ ਕੀ, ਗੱਲਾਂ ਸੁਣਨੀਆਂ ਪੈਂਦੀਆਂ ਮੈਨੂੰ ਤਾਂ ਕਿੰਨੀਆਂ ਕਿੰਨੀਆਂ। ਹੋਰ ਨਾਲੇ ਐਵੇਂ ਵਿਹਲਾ ਤੁਰਿਆ ਫਿਰਦਾ ਇੱਧਰ ਉੱਧਰ, ਇਹਨੂੰ ਵੀ ਕੋਈ ਹੋਊਗਾ ਵੀ ਚੱਲ ਮੇਰੀ ਜਨਾਨੀ ਆ ਗਈ ਮੈਂ ਕੰਮ ਕਾਰ ਕਰਨਾ ਹੁਣ। ਆਹੋ ਚੱਲ ਕਹਿ ਆਪਣੀ ਮੰਮੀ ਨੂੰ ਫਿਰ ਕਰਾ ਦੇ ਰਿਸ਼ਤਾ, ਅਤੇ ਮੈਂ ਬਾਹਰ ਮੁੰਡੇ ਨਾਲ ਗੱਲ ਕਰਾਂ ਫਿਰ। ਆਹੋ ਇੱਕ ਵਾਰੀ ਮੰਮੀ ਪਹਿਲਾਂ ਉੱਧਰੋਂ ਫੋਨ ਆ ਲੈਂਦੋ ਨਾ, ਫੇਰ ਹੀ ਕਰਿਓ ਬਾਹਰ ਫੋਨ। ਚੱਲ ਚੰਗਾ ਚੰਗਾ। ਆਹੋ ਚਲੋ ਠੀਕ ਆ, ਆ ਜਾਓ ਫਿਰ ਅੰਦਰ। ਚੰਗਾ। ਹਾਏ ਹਾਏ ਮੁੰਡਿਆ ਕੀ ਕਰੀ ਜਾਂਦਾ? ਮੰਮੀ ਮੈਂ ਤਾਂ ਵੇਖਣ ਡਿਆ ਸੀ ਕਿਤੇ ਮੈਂ ਸੁਪਨਾ ਤਾਂ ਨਹੀਂ ਵੇਖਣ ਡਿਆ, ਅਸਲੀ ਆ।